ਚੰਦ ਘੰਟੇ ਵੋਟਾਂ ਦੇ ਵਿੱਚ ਰਹਿ ਗਏ ਨੇ। ਅੱਜ ਜਿਹੜਾ ਦਿਨ ਹੈ ਉਹ ਪ੍ਰਚਾਰ ਦਾ ਅਖੀਰਲਾ ਦਿਨ ਹੈ ਔਰ 6 ਵਜੇ ਤੋਂ ਬਾਅਦ ਪ੍ਰਚਾਰ ਖਤਮ ਹੋ ਜਾਏਗਾ ਤੇ ਅਸੀਂ ਲੋਕ ਆਪਣੀ ਗੱਲ ਤੁਹਾਡੇ ਰਾਹੀਂ ਪੰਜਾਬ ਦੇ ਔਰ ਜਲੰਧਰ ਦੇ ਲੋਕਾਂ ਤੱਕ ਉਹਨਾਂ ਵੋਟਰ ਸਾਹਿਬਾਨਾਂ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਕਿ ਕਿਸ ਪ੍ਰਕਾਰ ਦੇ ਅੱਜ ਪੰਜਾਬ ਦੇ ਹਾਲਾਤ ਹੋ ਗਏ ਨੇ। ਮੈਂ ਇਹਨਾਂ ਸੇ ਆਉਂਦੇ ਆਉਂਦੇ ਨੇ ਸੋਚਿਆ ਕਿ ਕਿਸੇ ਨੇ ਲਿਖਿਆ ਕਿ ਵਾਹ ਨੀ ਸਰਕਾਰੇ ਵਾਹ ਨੀ ਮਾਨ ਸਰਕਾਰੇ ਤੂੰ ਦਿਨੇ ਵਿਖਾਤੇ ਤਾਰੇ। ਜਿਸ ਪ੍ਰਕਾਰ ਦੇ ਪੰਜਾਬ ਦੇ ਹਾਲਾਤ ਹੋ ਗਏ ਨੇ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ 45 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਬੜੀਆਂ ਸਰਕਾਰਾਂ ਆਈਆਂ ਬੜੀਆਂ ਚਲੀਆਂ ਗਈਆਂ ਬੜੀਆਂ ਕਮਜ਼ੋਰੀਆਂ ਸਨ ਲੇਕਿਨ ਇਸ ਤਰ੍ਹਾਂ ਦੀ ਸਰਕਾਰ ਮੈਂ ਆਪਣੇ ਜੀਵਨ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੀ ਜਿਸ ਦਾ ਮੁਕੰਮਲ ਰੂਪ ਦੇ ਵਿੱਚ ਮੈਂ ਸਮਝਦਾ ਇੱਕ ਸਰਕਾਰ ਦਾ ਫੇਲੀਅਰ ਔਰ ਨਾਟ ਓਨਲੀ ਇੱਕ ਫਰੰਟ ਤੇ ਮੁਕੰਮਲ ਸਾਰੇ ਫਰੰਟ ਤੇ ਅੱਜ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਫੇਲ ਹੋ ਚੁੱਕੇ ਹਨ ਔਰ ਇਸ ਤਰ੍ਹਾਂ ਦੀ ਵਿਚਾਰਧਾਰਾ ਕੇਵਲ ਪਹਿਲਾਂ ਆਮ ਲੋਕਾਂ ਨੂੰ ਸਮਝ ਆਉਂਦੀ ਸੀ ਇੱਕ ਆਮ ਰਿਕਸ਼ਾ ਵਾਲੇ ਨੂੰ ਇਹ ਸਮਝ ਆ ਗਈ ਹੈ ਕਿ ਇਹ ਸਰਕਾਰ ਸਾਡੇ ਭਰਾ ਨੂੰ ਜਾਂ ਜੁੱਤੇ ਬਣਾਉਣ ਵਾਲੇ ਨੂੰ ਵੀ ਕਿ ਇਹ ਸਰਕਾਰ ਮੁਕੰਮਲ ਤੌਰ ਤੇ ਨਕੰਮੀ ਹੋ ਚੁੱਕੀ ਹੈ। ਜਿਹੜੇ ਲੋਕ ਨਸ਼ਾ ਮੁਕਤੀ ਦਾ ਨਾਰਾ ਦਿੰਦੇ ਸਨ ਇਮਾਨਦਾਰੀ ਦਾ ਨਾਰਾ ਦਿੰਦੇ ਸਨ ਇਸ ਪੰਜਾਬ ਨੂੰ ਬਦਲਣਾ ਚਾਹੁੰਦੇ ਸਨ ਬਦਲਾਅ ਦਾ ਨਾਰਾ ਔਰ ਰੰਗਲੇ ਪੰਜਾਬ ਦਾ ਅੱਜ ਉਹਨਾਂ ਨੇ ਗੰਦਲਾ ਪੰਜਾਬ ਬਣਾਤਾ ਔਰ ਮੈਂ ਸਮਝਦਾ ਕਿ ਇੱਕ ਇਲੈਕਸ਼ਨ ਜਿੱਤਣ ਵਾਸਤੇ ਸਾਡੇ ਕੋਲੇ ਇਹਨਾਂ ਕੋਲੇ 92 ਸੀਟਾਂ ਜਿੱਤੇ ਇੱਕ ਇਲੈਕਸ਼ਨ ਜਿੱਤਣ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਸਰਕਾਰ ਨੇ ਸਾਰੇ ਕਾਨੂੰਨ ਸਿੱਕੇ ਕਰ ਅੱਜ ਤੋਂ ਪਹਿਲਾਂ ਦੀਆਂ ਸਰਕਾਰਾਂ ਨੂੰ ਵੀ ਬਾਬਾ ਇਲੈਕਸ਼ਨ ਲੜਦੇ ਦੇਖਿਆ ਲੇਕਿਨ ਇਸ ਤਰ੍ਹਾਂ ਦਾ ਦੁਰਵਰਤੋਂ ਸਰਕਾਰ ਦੀ ਔਰ ਤਾਕਤ ਦੀ ਜੋ ਉਹਨਾਂ ਨੇ ਕੀਤੀ ਹੈ ਮੈਂ ਪਹਿਲਾਂ ਕਦੇ ਨਹੀਂ ਵੇਖੀ ਆਪਣੀ ਜ਼ਿੰਦਗੀ ਦੇ ਵਿੱਚ। ਮੈਂ ਬਾਈ ਇਲੈਕਸ਼ਨ ਅਮਰਾਵਤ ਸਿੰਘ ਦੇ ਵੇਲੇ ਜਦੋਂ ਜਲੰਧਰ ਛੋੜਿਆ ਸੀ ਉਦੋਂ ਵੀ ਮੈਂ ਛੋਟਾ ਜਿਹਾ ਹੁੰਦਾ ਸੀ ਇੱਥੇ ਅਮਰਾਵਤ ਸਿੰਘ ਦਾ ਇਲੈਕਸ਼ਨ ਵੀ ਮੈਂ ਵੇਖਣਾ ਆਇਆ ਸੀਗਾ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਸੀਗੀ ਉਦੋਂ ਦਲਜੀਤ ਭਾਨਾ ਨਾਂ ਦੇ ਵਿਅਕਤੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕੇਵਲ ਇਸ ਕਰਕੇ ਬੁਲਾ ਲਿਆ ਕਿ ਇਹ ਲੋਕਾਂ ਨੂੰ ਥ੍ਰੈਟ ਕਰੇਗਾ ਤੇ ਸਾਨੂੰ 100-200 ਵੋਟ ਦਾ ਹੋ ਸਕਦਾ ਫਰਕ ਪੈ ਜੇ ਔਰ ਮੈਂ ਇਲੈਕਸ਼ਨ ਕਮਿਸ਼ਨ ਦਾ ਪੂਰਾ ਨਾ ਧੰਨਵਾਦ ਕਰਦੇ ਹੋਏ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਵੀ ਅਖੀਰਲੇ ਦਿਨ ਆ ਕੇ ਮੇਰਾ ਖਿਆਲ ਆਪਦਾ ਸਾਡੀ ਜਿਹੜੀ ਚਿੱਠੀ ਲਿਖੀ ਮੈਂ ਤੇ ਬਾਜਵਾ ਸਾਹਿਬ ਨੇ ਉਹਦੇ ਵਿੱਚ ਹਾਮੀ ਜਤਾਈ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਠੀਕ ਹੈ। ਭਾਨਾ ਨਾਮ ਦਾ ਵਿਅਕਤੀ ਜਿਹੜਾ ਸ਼ਹਿਰ ਦਾ ਨਿਵਾਸੀ ਸੀ ਉਹਨੂੰ ਪਿੰਡ ਦਾ ਨਿਵਾਸੀ ਬਣਾ ਕੇ ਕਿਸ ਤਰ੍ਹਾਂ ਪੂਰੀ ਸਿਫਾਰਿਸ਼ ਕਰਕੇ ਇਹਨਾਂ ਦੇ ਨੁਮਾਇੰਦਿਆਂ ਨੇ ਜਿਹੜੇ ਕੰਟੈਸਟਡ ਕੈਂਡੀਡੇਟ ਸਨ ਕਿੱਦਾਂ ਉਹਨੂੰ ਬਾਹਰ ਲਿਆਂਦਾ ਗਿਆ ਉਹਨੂੰ ਤੇ ਕੁਝ ਹੀ ਹਰਕਤ ਹਾਲਾਂਕਿ ਲੋਕ ਜਾਣਦੇ ਨੇ ਇਮੀਡੀਏਟਲੀ ਕਿਵੇਂ ਉਹਨੂੰ ਪਰੋਲ ਮਿਲੀ ਔਰ ਕਿੱਦਾਂ ਹੋਇਆ ਸਾਰੀ ਕਹਾਣੀ ਤੋਂ ਤੁਸੀਂ ਵਾਕਫ ਹੋ ਔਰ ਅੱਜ ਕਮ ਸੇ ਦੇਰ ਆਇਆ ਦਰੁਸਤ ਆਇਆ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਪਰੋਲ ਜਿਹੜੀ ਆ ਉਹ ਖਤਮ ਕਰ ਦਿੱਤੀ ਹੈ।
ਸਾਡੀ ਸ਼ਿਕਾਇਤ ਤੇ ਕੋਗਨੀਜੈਂਸ ਲੈਂਦਿਆਂ ਹੋਇਆ ਕਿਉਂਕਿ ਵਾਰ ਵਾਰ ਸ਼ਿਕਾਇਤਾਂ ਲਿਖੀਆਂ, ਲੇਕਿਨ ਇਸ ਦੇ ਬਾਵਜੂਦ ਵੀ ਧੰਨ ਦਲ ਦਾ ਜਿਹੜਾ ਇਸਤੇਮਾਲ ਹੋ ਰਿਹਾ, ਜਿਹੜੀ ਇੱਕ ਸਰਕਾਰ ਦੁਆਰਾ ਲਾਟਰੀ ਚੱਲ ਰਹੀ ਹੈ ਜਲੰਧਰ ਵੈਸਟ ਦੇ ਵਿੱਚ, ਲੋਕਾਂ ਨੂੰ ਪੈਸੇ ਦੇ ਕੇ, ਲੋਕਾਂ ਨੂੰ ਸ਼ਰਾਬਾਂ ਪਿਆ ਕੇ ਆਪਦੇ ਵੱਲ ਲੈ ਕੇ ਜਾਣ ਦਾ ਸਿਲਸਿਲਾ ਹਜੇ ਜਾਰੀ ਹੈ। ਸਾਡੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਇਸ ਗੱਲ ਤੇ ਕਿ ਇਸ ਤੇ ਵੀ ਅਸੀਂ ਤੁਹਾਨੂੰ ਲਿਖਤੀ ਸ਼ਿਕਾਇਤ ਦੇ ਚੁੱਕੇ ਹਾਂ, ਕਿਰਪਾ ਕਰਕੇ ਇਹਦੇ ਤੇ ਵੀ ਜ਼ਰਾ ਗੌਰ ਫਰਮਾਓ। ਸਮੇਂ ਸਿਰ ਜਿਹੜਾ ਆ ਜਿਹੜੇ ਠੇਕੇ ਨੇ ਜਾਂ ਸਮੇਂ ਸਿਰ ਜਿਹੜਾ ਪੈਸਾ ਵੰਡਣ ਦਾ ਸਿਲਸਿਲਾ ਔਰ ਜਿਹੜੇ ਸਰਕਾਰ ਦੇ ਨੁਮਾਇੰਦੇ ਇੱਥੇ ਘੁੰਮ ਰਹੇ ਨੇ, ਉਹਨਾਂ ਨੂੰ ਇਹ ਨਾ ਹੋਵੇ ਕਿ ਉਹ ਇਸੇ ਤਰ੍ਹਾਂ ਬੈਠੇ ਰਹਿਣ ਔਰ ਸਾਨੂੰ ਇਹ ਵੀ ਖਸਤਾ ਹੈ ਕਿ ਸਾਡੇ ਲੋਕਾਂ ਨੂੰ ਬਾਹਰ ਕਰ ਦਿੱਤਾ ਜਾਏਗਾ ਔਰ ਇਹ ਸਾਰੇ ਦੇ ਸਾਰੇ ਲੋਕ ਉਦੋਂ ਬਾਅਦ ਬੂਥ ਲੁੱਟਣ ਦਾ ਕੰਮ ਕਰਨਗੇ। ਸੋ ਇਹ ਗੱਲ ਦੀ ਸ਼ਿਕਾਇਤ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਹੈ, ਲੱਗਦਾ ਹੈ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਗੌਰ ਫਰਮਾਉਣਗੇ। ਸਰਕਾਰ ਦੀ ਜਿੱਥੋਂ ਤੱਕ ਗੱਲ ਹੈ, ਚਾਹੇ ਭ੍ਰਿਸ਼ਟਾਚਾਰ ਦੀ ਗੱਲ ਲੈ ਲਓ, ਅੱਜ ਚਰਨ ਸੀਮਾ ਤੇ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦੇ ਨੇ, ਅੱਜ ਪੰਜਾਬ ਦੇ ਅੰਦਰ ਚਰਨ ਸੀਮਾ ਤੇ ਭ੍ਰਿਸ਼ਟਾਚਾਰ ਦਾ ਕੰਮ ਚੱਲ ਰਿਹਾ, ਡਬਲ ਹੋ ਗਈ, ਅਸੀਂ ਇਸ ਲੋਕ ਇਹ ਮਹਿਸੂਸ ਕਰਦੇ ਨੇ। ਡਰੱਗਜ਼ ਦੀ ਗੱਲ, 15 ਅਗਸਤ ਨੂੰ ਡਰੱਗਜ਼ ਦੇ ਬਾਰੇ ਹਰਿਮੰਦਰ ਸਾਹਿਬ ਦੇ ਵਿੱਚ ਕਿਹਾ ਗਿਆ ਸੀ, ਅੱਜ ਸਾਲ ਪੂਰਾ ਹੋਣ ਵਾਲਾ, ਕੇਵਲ ਮੇਰੇ ਖਿਆਲ 38 ਦਿਨ ਬਾਕੀ ਨੇ, 38 ਦਿਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ 1 ਸਾਲ ਦੇ ਅੰਦਰ ਅੰਦਰ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਬਣਾ ਦਿਆਂਗੇ, ਲੇਕਿਨ ਮੈਨੂੰ ਲੱਗਦਾ ਕਿ ਨਸ਼ਾ 4 ਗੁਣਾ ਇਸ ਪੰਜਾਬ ਦੇ ਅੰਦਰ ਹੋ ਗਿਆ ਹੈ। ਲਾਅ ਐਂਡ ਆਰਡਰ ਦੀ ਸਥਿਤੀ ਤੋਂ ਤੁਸੀਂ ਭਲੀ ਭਾਂਤੀ ਵਾਕਫ ਹੋ, ਜਿਸ ਪ੍ਰਕਾਰ ਦੇ ਕੋਈ ਲੁਧਿਆਣਾ ਦਾ ਦਿਨ ਦਿਹਾੜੇ ਹਾਸਤਾ ਔਰ ਪੁਲਿਸ ਕਰਮਚਾਰੀ ਔਰ ਗਾਰਡਸ ਤੁਹਾਡੇ ਹੋਣ ਦੇ ਨਾਲ ਬਾਵਜੂਦ, ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਨਕੋਦਰ ਦੀ ਘਟਨਾ ਹੋਈ, ਤੁਸੀਂ ਦੇਖਿਆ ਹੋਣਾ ਕਿ ਸਿਕਿਉਰਿਟੀ ਗਾਰਡਸ ਤੁਹਾਡੇ ਨਾਲ ਹੁੰਦੇ ਆ, ਲੋਕਾਂ ਦਾ ਭੈ ਪੁਲਿਸ ਦਾ ਜਿਹੜਾ ਚੱਕਿਆ ਗਿਆ ਡਰ, ਤੁਹਾਡੇ ਨਾਲ ਸਿਕਿਉਰਿਟੀ ਗਾਰਡ ਹੋਣ ਦੇ ਬਾਵਜੂਦ ਵੀ ਲੋਕ ਤੁਹਾਡੇ ਤੇ ਹਮਲਾ ਕਰ ਦਿੰਦੇ ਨੇ। ਸੋ ਮੇਰੇ ਕਹਿਣ ਦਾ ਮਤਲਬ, ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਮੁਕੰਮਲ ਜਿਹੜੀ ਹੈ ਉਹਦਾ ਬੁਰਾ ਹਾਲ ਹੈ। ਤੁਸੀਂ ਸਿੱਧੂ ਮੂਸੇਵਾਲੇ ਦੇ ਜਿਹੜੇ ਲੋਕ ਕਾਤਲ ਸਨ, ਉਹਨਾਂ ਨੂੰ ਤਾਂ ਸਜ਼ਾ ਕੀ ਦਵਾਉਣੀ ਸੀ? ਸਿੱਧੂ ਮੂਸੇਵਾਲੇ ਦੀ ਇੰਟਰਵਿਊ ਹੀ ਤੁਹਾਨੂੰ ਹਜੇ ਤੱਕ ਨਹੀਂ 7 ਮਹੀਨੇ ਹੋ ਗਏ ਪਤਾ ਚੱਲਿਆ, ਤੁਸੀਂ ਰੋਜ਼ਾਨਾ ਡੇਟ ਲੈ ਰਹੇ ਹੋ ਕਿ ਉਹ ਕਿਹੜੀ ਜੇਲ੍ਹ ਚ ਹੋਈ ਹੈ ਔਰ 0 FIR ਕੱਟ ਦਿੱਤੀ ਗਈ। ਸਰਕਾਰ 0 FIR ਕੱਟਣ ਦੇ ਵਿੱਚ ਮਸ਼ਹੂਰ ਹੈ, ਚਾਹੇ ਕਿਸਾਨ ਦੀ ਹੱਤਿਆ ਹੋਈ ਹੋਵੇ ਚਾਹੇ ਕਿਸੇ ਹੋਰ ਦੀ, ਉਹ 0 FIR ਕੱਟ ਕੇ ਆਉਂਦਾ ਖਹਿੜਾ ਛੜਾ ਦਿੰਦੀ। ਕਿਸਾਨ ਸਾਡਾ ਸੜਕਾਂ ਤੇ ਬੈਠਾ ਹੈ, ਜਿਹੜੀ ਇਕਾਨਮੀ ਹੈ, ਮੈਂ ਸਮਝਦਾ ਬੇਸਿਕਲੀ ਇਸ ਐਗਰੀਕਲਚਰ ਬੇਸਡ, ਅਸੀਂ ਸਾਰੇ ਦਾ ਸਾਰਾ ਕਿਸਾਨ ਸਾਡਾ ਸੜਕਾਂ ਤੇ ਬੈਠਾ ਹੈ, ਬਾਰਡਰ ਤੇ ਬੈਠਾ ਹੈ, ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਹੁਣ ਇੰਪਲਾਈਜ਼ ਯੂਨੀਅਨਸ ਰਹਿ ਗਈਆਂ, ਮੈਨੂੰ ਲੱਗਦਾ ਕਿ ਮੈਂ ਰੋਜ਼ਾਨਾ ਡੇਢ ਡੇਢ ਘੰਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਤੇ ਲੱਗ ਜਾਂਦਾ। ਪੂਰਾ ਜਲੰਧਰ ਮੁਕੰਮਲ ਤੌਰ ਤੇ ਬੰਦ ਕੀਤਾ ਪਿਆ ਹੈ, ਕਿਉਂਕਿ ਸਾਰੀਆਂ ਇੰਪਲਾਈਜ਼ ਯੂਨੀਅਨ ਜਿਨ੍ਹਾਂ ਲੋਕਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸਨ ਕਿ ਮੈਂ ਇੱਕ ਅਧਿਆਪਕ ਦਾ ਪੁੱਤਰ ਹਾਂ ਔਰ ਮੈਂ ਇੰਪਲਾਈਜ਼ ਭਰਾਵਾਂ ਦੀ ਸਾਰੀਆਂ ਦਿੱਕਤਾਂ ਜਾਂਦੀਆਂ, ਚਾਹੇ ਕੋਈ DA ਵਾਲਾ ਹੈ, ਚਾਹੇ ਕੋਈ ਟੀਚਰਸ ਹੈ, ਚਾਹੇ ਕੋਈ ਪਟਵਾਰ ਯੂਨੀਅਨ ਹੈ, ਸਾਰਾ ਮੇਰਾ ਖਿਆਲ ਧਰਨੇ ਦੀ ਇਹ ਮੇਰਾ ਖਿਆਲ ਹੱਬ ਬਣਾ ਦਿੱਤਾ ਗਿਆ ਜਲੰਧਰ।
ਔਰ ਜਿੱਥੇ ਸੀਐਮ ਸਾਹਿਬ ਜਾਂਦੇ ਆ ਸਾਰੀਆਂ ਸੜਕਾਂ ਰੋਕ ਲਿੱਤੀਆਂ ਜਾਂਦੀਆਂ ਔਰ ਐ ਲੱਗਦਾ ਕਿ ਜਿਵੇਂ ਕਰਫਿਊ ਲੱਗਿਆ ਹੁੰਦਾ ਹੈ ਸਾਡੇ ਜਲੰਧਰ ਦੇ ਵਿੱਚ। ਸਰਕਾਰੀ ਸਕੀਮਾਂ ਸਾਰੇ ਦੀਆਂ ਸਾਰੀਆਂ ਮੁਕੰਮਲ ਤੌਰ ਤੇ ਠੱਪ, ਕਦੇ ਕਹਿੰਦੇ ਆਟਾ ਦੇਵਾਂਗੇ, ਕਦੇ ਸ਼ਗਨ ਸਕੀਮਾਂ ਬੰਦ ਨੇ ਕਿਉਂਕਿ ਇਕਾਨਮੀ ਦਾ ਮਾੜਾ ਹਾਲ ਹੈ। 66,000 ਕਰੋੜ ਰੁਪਇਆ ਕਰਜ਼ਾ ਲੈ ਚੁੱਕੀ ਹੈ ਸਰਕਾਰ, 3.5 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਸਿਰ ਕਰਜ਼ਾ ਹੋ ਚੁੱਕਿਆ ਹੈ। ਸੋ ਜਿਸ ਪ੍ਰਕਾਰ ਦੇ ਹਾਲਾਤ ਬਣਦੇ ਜਾ ਰਹੇ ਅੱਗੇ, ਔਰ ਕੋਈ ਇਨਫਰਾਸਟ੍ਰਕਚਰ ਪੰਜਾਬ ਦੀ ਸਰਕਾਰ ਨੇ ਹਜੇ ਤੱਕ ਕ੍ਰੀਏਟ ਨਹੀਂ ਕੀਤਾ ਵੀ ਉਸ 66,000 ਕਰੋੜ ਰੁਪਏ ਦੇ ਨਾਲ ਕੋਈ ਸੜਕ ਬਣਾ ਦਿੱਤੀ ਹੋਵੇ, ਕੋਈ ਕਾਲਜ ਬਣਾ ਦਿੱਤਾ ਹੋ ਗਿਆ ਹੋਵੇ, ਕੋਈ ਮੈਡੀਕਲ ਕਾਲਜ ਬਣਾ ਦਿੱਤਾ ਗਿਆ। ਇਨਫਰਾਸਟ੍ਰਕਚਰ ਕ੍ਰੀਏਟ ਕੀਤੇ ਬਿਨਾ ਇਹ ਕਰਜ਼ਾ ਸਾਡੇ ਸਿਰ ਚੜ ਚੁੱਕਿਆ ਔਰ ਸਾਨੂੰ ਇਸ ਗੱਲ ਦੀ ਬੜੀ ਚਿੰਤਾ ਹੈਗੀ ਹੈ। ਜਿੱਥੋਂ ਤੱਕ ਸਕੀਮ ਦੀ ਗੱਲ ਹੈ, ਜਿਹੜਾ ਡੇਲੀ ਨੇ ਸਾਨੂੰ ਪੈਸਾ ਦੇ ਰਿਹਾ, ਜਿਹੜਾ ਸਾਡਾ ਫਰਜ਼ ਬਣਦਾ, ਕੋਈ ਡੇਲੀ ਸਾਡੇ ਤੇ ਆਸਾਨ ਨਹੀਂ ਕਰਦੀ, ਲੇਕਿਨ ਉਹ ਵੀ ਸਰਕਾਰ ਦੀਆਂ ਨਾਕਾਮੀਆਂ ਕਰਕੇ। ਸਕੂਲ ਆਫ ਫੈਮੀਨੈਂਸ ਵੀ ਉਹ ਕਹਿੰਦੇ ਸਕੂਲ 500, ਮੇਰਾ ਖਿਆਲ ਸਾਡੇ ਕੋਲੇ ਤਕਰੀਬਨ ਸਾਡਾ ਇਸ ਸਕੀਮ ਦੇ ਤਹਿਤ 550 ਕਰੋੜ ਰੁਪਏ ਦੇ ਲਗਭਗ ਜਿਹੜਾ ਉਹ ਸਾਡਾ ਸਰਕਾਰ ਦੇ ਰੋਕ ਲਿਆ ਕੇਂਦਰ ਦੀ ਸਰਕਾਰ ਨੇ, ਕਿਉਂਕਿ ਇਹ ਆਪਣੀ ਸਕੀਮ ਨਾਲ ਚੱਲਦੇ ਕਿ ਅਸੀਂ ਸਕੂਲ ਆਫ ਫਾਈਨੈਂਸ ਬਣਾਵਾਂਗੇ, ਕੇਂਦਰ ਉਸ ਸਕੀਮ ਦਾ ਨਾਮ ਕੋਈ ਹੋਰ ਦੇਣਾ ਚਾਹੁੰਦਾ। ਸੋ ਇਸ ਗੱਲ ਦੇ ਪਿੱਛੇ ਸਾਡਾ ਜਿਹੜਾ ਪੰਜਾਬ ਹੈ ਉਹ ਇਹਨਾਂ ਕਰਕੇ ਵੀ ਸਾਡਾ ਪਿੱਛੇ ਜਾ ਰਿਹਾ ਹੈ। ਹੈਲਥ ਸਕੀਮਸ ਨੇ ਸਾਡੀਆਂ ਰੋਜ਼ਾਨਾ ਖਬਰਾਂ ਲੱਗਦੀਆਂ ਨੇ। ਆਹ ਫਿਰੋਜ਼ਪੁਰ ਦੀ ਖਬਰ ਹੈ, 56 ਮੈਡੀਕਲ ਪੋਸਟ ਲਾਈਨ ਵੇਕੈਂਟ ਪੰਜਾਬ ਦੇ ਵਿੱਚ। ਆ ਤੁਸੀਂ ਜਿਹੜੀ ਮੈਂ ਕਹਿ ਰਿਹਾ ਸੀ ਪਹਿਲਾਂ ਵਾਲੀ, ਉਹ ਆਰ ਐਸ 515 ਹੈ ਜਿਹੜੀ ਪੰਜਾਬ ਆਊਟ ਆਫ ਪ੍ਰਾਈਮ ਮਿਨਿਸਟਰ ਸਕੂਲ ਅਪਗ੍ਰੇਡ ਪ੍ਰੋਜੈਕਟ